ਤੁਸੀਂ ਪ੍ਰੋਗਰਾਮ ਵੇਖ ਰਹੇ ਹੋ ਮੇਰੇ ਨਾਲ ਵਹਿਮ ਭਰਮ। ਅੱਜ ਅਸੀਂ ਗੱਲਾਂ ਬਾਤਾਂ ਨਹੀਂ ਤੁਹਾਡਾ ਭਰਮ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਹੁੰਦਾ ਕੀ ਹੈ ਕਿ ਪਹਿਲਾਂ ਤੇ ਇਹ ਜਿਹੜੇ ਜੋਸ਼ੀ ਤੰਤਰਿਕ ਆ ਇਹ ਇਸ਼ਤਿਹਾਰ ਦਿੰਦੇ ਅਖਬਾਰਾਂ 'ਚ ਵੱਡੇ ਵੱਡੇ। ਇਹਨਾਂ ਚੀਜ਼ਾਂ ਨੂੰ ਪੜ੍ਹਦਾ, ਇਹਨਾਂ ਨੂੰ ਫੋਨ ਕਰਦਾ, ਉਹ ਫੋਨ ਦੇ ਉੱਤੇ ਫਿਰ ਸਾਰੀ ਆਪਣੀ ਅਸਲੀਅਤ, ਆਪਣਾ ਨਾਂ, ਘਰਦਿਆਂ ਦਾ ਨਾਂ, ਰਿਸ਼ਤੇਦਾਰਾਂ ਦੇ ਨਾਂ ਤੱਕ ਲਿਖਾ ਦਿੰਦਾ ਇਹਨਾਂ ਨੂੰ। ਉਹ ਜੋਸ਼ੀ ਫਿਰ ਮਿੱਠੇ ਪਿਆਰੇ ਹੋ ਕੇ ਅਗਲੇ ਨੂੰ ਹਮਦਰਦੀ ਸ਼ੋਅ ਕਰਕੇ ਵੀ ਤੇਰਾ ਬੱਚਾ ਕੰਮ ਹੋ ਜਾਏਗਾ। ਕੋਈ ਤੰਤਰੇ, ਕੋਈ ਜੋਸ਼ੀ ਤੁਹਾਡਾ ਕੁਛ ਨਹੀਂ ਕਰ ਸਕਦਾ। ਮਤਲਬ ਮੀਡੀਆ ਨੂੰ ਇਹਨਾਂ ਲੋਕਾਂ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਪੈਸਾ ਲੈ ਕੇ ਵੀ, ਵੀ ਇਹਨਾਂ ਚੀਜ਼ਾਂ ਦੇ ਵਿੱਚ ਕੁਛ ਨਹੀਂ ਹੈ ਅਤੇ ਤੁਸੀਂ ਇਹਨਾਂ ਦੇ ਚੱਕਰਾਂ ਵਿੱਚ ਨਾ ਫਸੋ। ਸਤਿ ਸ਼੍ਰੀ ਅਕਾਲ ਜੀ, ਰੰਗਲਾ ਪੰਜਾਬ ਟੋਰਾਂਟੋ ਟੀ ਵੀ ਵੇਖ ਰਹੇ ਹੋ ਤੁਸੀਂ ਅਤੇ ਮੈਂ ਤੁਹਾਡਾ ਆਪਣਾ ਰਣਜੀਤ ਸਿੰਘ ਰਾਣਾ ਅਤੇ ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਨਸੀਬ ਸਿੰਘ ਬਿਰਕ ਅਤੇ ਤੁਸੀਂ ਪ੍ਰੋਗਰਾਮ ਵੇਖ ਰਹੇ ਹੋ ਮੇਰੇ ਨਾਲ ਵਹਿਮ ਭਰਮ। ਤੁਹਾਨੂੰ ਦੱਸ ਦਈਏ ਕਿ ਹਰ ਵਾਰ ਮੇਰੇ ਨਾਲ ਹੁੰਦੇ ਆ ਜਸਵੰਤ ਸਿੰਘ ਜੀ, ਜੀਰਕ, ਪਰ ਅੱਜ ਮੇਰੇ ਨਾਲ ਸਤਨਾਮ ਸਿੰਘ ਧਾਲੀਵਾਲ ਗੱਲ ਕਰਨਗੇ। ਪਰ ਅੱਜ ਅਸੀਂ ਤੁਹਾਨੂੰ ਕੋਈ ਕ੍ਰਿਸ਼ਮਾ ਕਰਕੇ ਨਹੀਂ ਦਿਖਾਵਾਂਗੇ ਜਿਵੇਂ ਉਹ ਦਿਖਾਉਂਦੇ ਹੁੰਦੇ ਕਿ ਅੱਗ ਕਿਵੇਂ ਬਲਦੀ ਆ, ਕਿਸ ਤਰੀਕੇ ਨਾਲ ਹੁੰਦਾ, ਅੱਜ ਉਹ ਜਿਹਾ ਕ੍ਰਿਸ਼ਮਾ ਨਹੀਂ। ਅੱਜ ਅਸੀਂ ਗੱਲਾਂ ਬਾਤਾਂ ਨਹੀਂ ਤੁਹਾਡਾ ਭਰਮ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ, ਜਾਣਾਂਗੇ ਜੋਤਿਸ਼ ਬਾਰੇ, ਜਿਹੜੇ ਜੋਤਿਸ਼ੀ ਬੈਠੇ ਆ ਵਸੀਕਰਨ ਕਰਦੇ ਆ ਜਾਂ ਹੋਰ ਤਰੀਕੇ ਨਾਲ ਬਹੁਤ ਢੰਗ ਹੁੰਦੇ ਉਹਨਾਂ ਦੇ ਲੋਕਾਂ ਨੂੰ ਭਰਮਾਉਣ ਦੇ ਜਾਂ ਲੋਕਾਂ ਨੂੰ ਗੁੰਮਰਾਹ ਕਰਨ ਦੇ, ਉਹ ਸਾਰੇ ਢੰਗਾਂ ਬਾਰੇ ਆਪਾਂ ਗੱਲਾਂ ਬਾਤਾਂ ਰਾਹੀਂ ਸਤਨਾਮ ਸਿੰਘ ਧਾਲੀਵਾਲ ਜੀ ਨਾਲ ਗੱਲਬਾਤ ਕਰਦੇ ਹਾਂ। ਅਤੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਸਤਨਾਮ ਸਿੰਘ ਧਾਲੀਵਾਲ ਜੀ ਦਾ। ਹਾਂਜੀ, ਧੰਨਵਾਦ ਜੀ। ਕਿਵੇਂ ਵੇਖਦੇ ਹੋ ਜਿਹੜੇ ਪੰਡਿਤ ਜੋਤਿਸ਼ੀ ਵਸੀਕਰਨ ਬਾਰੇ ਪਹਿਲਾਂ ਗੱਲ ਕਰੀਏ? ਦੇਖੋ, ਵਸੀਕਰਨ ਪਹਿਲਾਂ ਵੀ ਆਪਾਂ ਗੱਲ ਕਰਦੇ ਸੀ ਵੀ ਵਸੀਕਰਨ ਨਾਂ ਦੀ ਕੋਈ ਇਹੋ ਜਿਹੀ ਚੀਜ਼ ਹੀ ਨਹੀਂ ਹੈਗੀ ਵੀ ਕੋਈ ਕਿਸੇ ਨੂੰ ਬੰਦਾ ਵਸ ਕਰ ਸਕੇ ਜੀ। ਸਿਰਫ ਜਿਹੜਾ ਬੰਦਾ ਦਿਮਾਗੀ ਤੌਰ 'ਤੇ ਕਮਜ਼ੋਰ ਆ, ਜਿਹਦੇ ਕੋਈ ਮੇਜਰ ਪ੍ਰੋਬਲਮ ਚੱਲ ਰਹੀ ਆ ਜਾਂ ਉਹ ਇੱਕ ਮਾਨਸਿਕ ਰੋਗੀ ਆ ਵੀ ਮੈਂ ਇਸ ਚੀਜ਼ ਨੂੰ ਹਾਸਲ ਕਿੱਦਾਂ ਕਰ ਸਕਦਾ, ਉਹ ਤੰਤਰਿਕ ਜੋਸ਼ੀ ਜਾਂ ਬਾਬਿਆਂ ਦਾ ਸਹਾਰਾ ਲੈਂਦਾ। ਜੇਕਰ ਜਿਹੜਾ ਬੰਦਾ ਉਹਨਾਂ ਦੇ ਦਰ 'ਤੇ ਜਾਂਦਾ, ਉਹਨਾਂ ਦਾ ਦਰਹੀਜ ਟੱਪਦਾ, ਉਹ 50% ਤੋਂ ਮੋਰ ਜ਼ਿਆਦਾ ਉਹ ਮੰਨਿਆ ਹੁੰਦਾ ਉਹਨਾਂ ਨੂੰ ਜਾਂ ਉਹਨਾਂ ਨੂੰ ਫੋਨ ਕਰਦਾ ਜਾਂ ਫੋਨ ਕਰਦਾ ਉਹ ਮਤਲਬ ਸਮਝ ਲੈਂਦੇ ਵੀ ਇਹ ਮੰਨਿਆ, ਥੋੜ੍ਹਾ ਇਹਨੂੰ ਮਨਾਉਣ ਦੀ ਲੋੜ ਆ, ਉਹ ਗੱਲਾਂ 'ਚ ਲੈ ਆਉਂਦੇ ਆ ਜਿੱਦਾਂ ਹਿਪਨੋਟਾਈਜ਼ ਕਰ ਲੈਂਦੇ ਆ ਜੀ। ਜੇਕਰ ਧਾਲੀਵਾਲ ਸਾਹਿਬ ਇੱਕ ਹੋਰ ਗੱਲ ਕਰੀ, ਮੇਰੇ ਗੱਲ ਯਾਦ ਆ ਗਈ, ਪਿੰਡਾਂ ਦੇ ਵਿੱਚ ਅਕਸਰ ਹੀ ਯੋਗੀ ਆਉਂਦੇ, ਜਿਹੜੇ ਯੋਗੀ ਜਿਹਨਾਂ ਦੇ ਭਗਵੇਂ ਕੱਪੜੇ ਪਾਏ ਹੁੰਦੇ, ਹਾਂ ਸਾਧ ਵੀ ਕਹਿ ਸਕਦੇ ਆਪਾਂ, ਉਹ ਆਉਂਦੇ ਆ, ਉਹ ਕਹਿਣਗੇ ਮਨਮੋਹਣੀ ਲੈ ਲਓ, ਮਨਮੋਹਣੀ ਹੁੰਦੀ ਆ ਇਹ, ਐਂ ਮਨਮੋਹਣੀ ਐਂ ਕਿਸੇ ਨੂੰ ਵੇਖੋਗੇ ਉਹਨੂੰ ਦਿਖਾ ਦੋਗੇ ਤਾਂ ਮਨਮੋਹਣੀ ਨੇ ਤੁਹਾਡੇ 'ਚੋਂ ਬੱਸ 'ਚ ਕਰ, ਉਹ ਕੀ ਹੁੰਦੀ ਮਨਮੋਹਣੀ? ਉਹ ਸਾਰਾ ਕੁਛ ਇਹਨਾਂ ਦੇ ਟਕਾਂਜ ਜਿਹੇ ਬਣਾਏ ਨੇ, ਕੁਛ ਨਹੀਂ ਹੈ ਜਿਹੜਾ। ਆਪਣੀ ਲਾਈਫ 'ਚ ਕਦੇ ਮਨਮੋਹਣੀ ਵੇਖੀ? ਨਾ, ਮੈਂ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਕਰਦਾ, ਜੇ ਮੈਂ ਵਿਸ਼ਵਾਸ ਕਰਦਾ ਹੁੰਦਾ ਤਾਂ ਜ਼ਰੂਰ ਮੈਂ ਦੇਖਦਾ, ਫਿਰ ਮੈਂ ਕਿਸੇ ਤੰਤਰਿਕ ਦੇ ਅਗੇਂਸਟ ਕੰਪਲੇਂਟ ਵੀ ਕਰਦਾ ਵੀ ਆਹ ਕੁਛ ਹੋਇਆ ਜੀ। ਹਾਂ ਰਾਣਾ ਜੀ, ਜੇ ਆਪਾਂ ਇੱਕ ਗੱਲ ਦੇਖੀਏ ਨਾ, ਲੋਕਾਂ ਦੇ ਨਾਲ ਇੰਨੀ ਬਲੈਕਮੇਲਿੰਗ ਹੁੰਦੀ ਆ ਤੁਸੀਂ ਸੋਚ ਨਹੀਂ ਸਕਦੇ। ਅੱਛਾ ਜੀ। ਹਾਂ, ਕੀ ਹੁੰਦਾ ਇਹ, ਮਤਲਬ ਲੋਕਾਂ ਨੂੰ ਇਹ ਸੁਣਨਾ ਪਊਗਾ ਇਹ ਕੌੜਾ ਸੱਚ ਆ ਜੀ, ਜਿਨ੍ਹਾਂ ਨਾਲ ਵਾਪਰ ਰਿਹਾ ਉਹਨਾਂ ਨੂੰ ਪਤਾ ਜੀ, ਪਰ ਉਹ ਡਰਦੇ ਮਾਰੇ, ਸ਼ਰਮ ਦੇ ਮਾਰੇ ਉਹ ਅੱਗੇ ਨਹੀਂ ਆਉਂਦੇ ਜੀ। ਹੁੰਦਾ ਕੀ ਹੈ ਵੀ ਪਹਿਲਾਂ ਤਾਂ ਇਹ ਜਿਹੜੇ ਜੋਸ਼ੀ ਤੰਤਰਿਕ ਆ ਜੀ, ਇਹ ਇਸ਼ਤਿਹਾਰ ਦਿੰਦੇ ਆ ਅਖਬਾਰਾਂ 'ਚ ਵੱਡੇ ਵੱਡੇ ਜੀ, ਵਸੀਕਰਨ ਸੰਬੰਧੀ ਵੀ ਅਸੀਂ ਵਸੀਕਰਨ ਕਰਦੇ ਹਾਂ, ਉਹ ਪੜ੍ਹ ਕੇ ਮਾਨਸਿਕ ਰੋਗੀ ਸਮਝ ਲਓ ਜੀ, ਜਾਂ ਉਹੀ ਹੋ ਗਏ ਦਿਮਾਗੀ ਕਮਜ਼ੋਰ, ਜਿਹੜੇ ਬੰਦੇ ਸੋਚਦੇ ਆ ਜਿਹੜੇ ਆਪ ਕੁਛ ਕਰ ਨਹੀਂ ਸਕਦੇ, ਉਹ ਇੱਕ ਆਸਰਾ ਭਾਲਦੇ ਆ ਵੀ ਕਿਸੇ ਕਾਲੇ ਇਲਮ ਜਾਂ ਵਸੀਕਰਨ, ਉਹੀ ਕਹਿੰਦੇ ਵੀ ਸਾਡੇ ਕੋਲ ਕਾਲਾ ਚਿੱਟਾ ਵਹਿਮੀ ਬੰਦਾ, ਉਹ ਇਹਨਾਂ ਚੀਜ਼ਾਂ ਨੂੰ ਪੜ੍ਹਦਾ, ਇਹਨਾਂ ਨੂੰ ਫੋਨ ਕਰਦਾ, ਉਹ ਫੋਨ ਦੇ ਉੱਤੇ ਫਿਰ ਸਾਰੀ ਆਪਣੀ ਅਸਲੀਅਤ, ਆਪਣਾ ਨਾਂ, ਘਰਦਿਆਂ ਦਾ ਨਾਂ, ਰਿਸ਼ਤੇਦਾਰਾਂ ਦੇ ਨਾਂ ਤੱਕ ਲਿਖਾ ਦਿੰਦਾ ਇਹਨਾਂ ਨੂੰ, ਜੋਤਿਸ਼ੀਆਂ ਨੂੰ, ਜੋਤਿਸ਼ੀ ਹੋ ਗਏ, ਜੋਤਿਸ਼ੀ ਪੁੱਛ ਲੈਂਦੇ ਹੋਣਗੇ ਉਹਨੂੰ ਵੀ ਤਰੀਕੇ ਦੇ ਨਾਲ ਸਾਰੇ ਲਿਖਾ ਦਿੰਦੇ ਆ। ਉਹ ਜੋਤਿਸ਼ੀ ਫਿਰ ਮਿੱਠੇ ਪਿਆਰੇ ਹੋ ਕੇ ਅਗਲੇ ਨੂੰ ਹਮਦਰਦੀ ਸ਼ੋਅ ਕਰਕੇ ਵੀ ਤੇਰਾ ਬੱਚਾ ਕੰਮ ਹੋ ਜਾਏਗਾ, ਤੂੰ ਕੀ ਚਾਹੁੰਦਾ, ਕਿਸ ਨਾਲ ਪਿਆਰ ਚਾਹੁੰਦਾ, ਮੁਹੱਬਤ ਚਾਹੁੰਦਾ, ਕੀ ਚਾਹੁੰਦਾ ਜਾਂ ਕੀ ਕੰਮ ਹੋਰ ਕਰਾਉਣਾ ਚਾਹੁੰਦਾ
मैं कई गल इहो जिहियां जिहड़ियां मैं तुहाडे चैनल ते नहीं कहणियां चाहुंदा क्योंकि लोग समझदार ने कि वशीकरण किहदा करवाउणा चाहुंदे लोग जी बिल्कुल है की बेनीफिट लेना चाहुंदे आ जी हां कई ते कईआं ने ते अपने जिहड़े खून दे रिश्ते उहो ही तारो तार कर दित्ते आ वशीकरण वास्ते बहुत बढ़िया हां बड़ी शर्म आउंदी आ सानूं देख के है ना बहुत माड़ी गल हां हां पर इन्हां लोकां ने करदे की आ उहदी बणाउंदे रिकॉर्डिंग जी जदों गल करदा उहदी रिकॉर्डिंग कर लैंदे आ जी अज कल हरेक दे फोन ते रिकॉर्डिंग लगी हां हां नहीं जान के भी कर लेंदे आ जान के करदे आ जी अच्छा पहला ते ओदे को जेड़ा 10 20 50000 रुपया ओ ठगदे ने बंदे को सीधा ठगदे कि मैं रिकॉर्डिंग करके नहीं रिकॉर्डिंग करके नहीं पहला ते ओ जदों फोन करदा कि मैं आ काम करवाउणा जी फलाने दा मैं वशीकरण करना कोई रिश्तेदार ला लो कोई घर दी घर दा जी ला लो कोई ला लो दा मैं वशीकरण करना जी ओ मतलब पैसे जिन्हें मंगता पंडित हाँ मनते जोशी ज मतलब तंत्रिक जो भी है ना जिन्हें इश्तहार दिता हूँ वो उन्होंने पे कर दिता जी उस तो बाद शुरू हो जाती खेल दूजी जी दूजी खेड दे विच वो जोशी को रिकॉर्डिंग होंगी और को मतलब तंत्रिक दे कोल जां जोशी जिहदे कोई भी खेड नूं आपां ब्लैकमेल दा नाम लै लगे हाँ ब्लैकमेलिंग शुरू हो जाती है ओ फिर करदा कि मैं तुहाडी गल समझ गया सी तुसीं कित्थों बोलना चाहुंदे हो मैं थोड़ी थोड़ी गल नोट कीती सी ये बड़ा तगड़ा स्कैंडल आ बहुत वड्डा स्कैंडल आ पर लोग कहिंदे शर्म दे मारे गां आउंदे नहीं ना किसे नूं दसदे ने जी हाँ उन्होंने उन्होंने करतूतां नहीं सही होंदियां उन्होंने नहीं अपने करतूतां नहीं सही होंदियां वो कहिंदे आ वी जे असीं सामने आवांगे कितें कंप्लेंट करांगे साडी करतूत सामने आऊ साडे परिवार नूं पता लगू सियाणे सियाणे बजुर्ग बजुर्ग लोग ने इह चावल जी जिन्हां दी बड़ी समाज दे विच इज्जत आ अच्छा जी हाँ हाँ वो लोग शामिल ने अच्छा तो वो आते भी जे असी कि पुलिस कंप्लेट करा जो किसी करा भी साढ़ा ब्लैकमेलिंग होंगी है तो सब तो पहला तो साड़ी रिकॉर्डिंग जी अगला सुनूंगा जी जो ये कहेंगे उन्होंने जाके भी तेरी रिकॉर्डिंग आ वीक पॉइंट आते कि किसी अगर किमें दिखावे किमें दिखावे तो वो डरते मारे गल नहीं करते फिर दूजे पासों ब्लैकमेलिंग होना शुरू होंगे कभी मतलब ये किसी पुलिस में पा लें कभी किसी पा लें हिस्से करके फिर कमाई का साधन शुरू हो जाता सारे अच्छा जी मैं एक ग्रंटड गल करदा जे जेड़े बंदे इश्तहार अखबारां च दिंदे ने जे उन्हां दे सारे नंबर ट्रेस करके मतलब उन्हां दे मतलब रिकॉर्डिंग उन्हां दा चैक किया जाए सारा तो बड़ा तकड़ा स्कैंडल जिहदे च बड़े बड़े पुलिस वाले जिहड़े अफसर आ वह भी विच शामिल मिलणगे ਤੁਹਾਡੀ ਸੰਸਥਾ ਕੋਲ ਕੋਈ ਐਸਾ ਕੇਸ ਆਇਆ ਹੋਵੇ ਜਾਂ ਆਉਣ ਦੀ ਉਮੀਦ ਹੋਵੇ ਮੈਨੂੰ ਉਮੀਦ ਹੈਗੀ ਆ ਅਸੀਂ ਕਹਿੰਦੇ ਹਾਂ ਕਿਉਂਕਿ ਜੇਕਰ ਤੁਸੀਂ ਸਾਨੂੰ ਇੱਥੇ ਇਸ ਕੰਮ ਲਈ ਬੁਲਾਇਆ ਤਾਂ ਸਾਨੂੰ ਲੱਗ ਰਿਹਾ ਵੀ ਕਿਤੇ ਨਾ ਕਿਤੇ ਕੋਈ ਉਮੀਦ ਹੈ ਜੀ ਮੈਂ ਇੱਕ ਤੁਹਾਡੇ ਚੈਨਲ ਰਾਹੀਂ ਮਤਲਬ ਜਿਹੜੇ ਪੀੜਤ ਨੇ ਮੈਂ ਇਸ ਵੇਲੇ ਕਿਉਂਕਿ ਇੱਕ ਤਕੜੇ ਤੋਂ ਤਕੜਾ ਕ੍ਰਿਮੀਨਲ ਬੰਦਾ ਜੀ ਜਦੋਂ ਉਹ ਥਾਣੇ ਦੇ ਵਿੱਚ ਕੁੱਟਮਾਰ ਦਾ ਸ਼ਿਕਾਰ ਹੋ ਜਾਂਦਾ ਜੀ ਜਾਂ ਮੈਂ ਇੱਕ ਐਗਜ਼ਾਮਪਲ ਦੇਣ ਲੱਗਾ ਜਾਂ ਉਹ ਮਰ ਜਾਂਦਾ ਉਹ ਵਿਕਟਿਮ ਬਣ ਜਾਂਦਾ ਜੀ ਉਹਨੂੰ ਮਤਲਬ ਸਿੰਪਥੀ ਮਿਲ ਜਾਂਦੀ ਵੀ ਇਹਦੇ ਨਾਲ ਗਲਤ ਕੰਮ ਹੋ ਗਿਆ ਹਾਂ ਮੈਂ ਇੱਕ ਤੁਹਾਡੇ ਚੈਨਲ ਦੇ ਜ਼ਰੀਏ ਲੋਕਾਂ ਨੂੰ ਅਪੀਲ ਕਰਦਾ ਭਾਈ ਭਾਈ ਜਾਣੇ ਅਣਜਾਣੇ ਦੇ ਵਿੱਚ ਕਿਉਂਕਿ ਅਣਜਾਣਾ ਇਹ ਕਹਿੰਦਾ ਵੀ ਤੁਹਾਨੂੰ ਨਹੀਂ ਪਤਾ ਤੁਸੀਂ ਇੱਕ ਬੰਦੇ ਇਹਨਾਂ ਲੋਕਾਂ 'ਤੇ ਵਿਸ਼ਵਾਸ ਕੀਤਾ ਵਿਸ਼ਵਾਸ ਕਰਕੇ ਤੁਸੀਂ ਆਪਣਾ ਜੋ ਵੀ ਮਤਲਬ ਹਾਸਲ ਕਰਨਾ ਚਾਹੁੰਦੇ ਸੀ ਉਹਦੇ ਵਾਸਤੇ ਤੁਸੀਂ ਗੱਲ ਕੀਤੀ ਆਪਣਾ ਦੁੱਖ ਫੁੱਲਿਆ ਭਾਵੇਂ ਉਹ ਗਲਤ ਸੀ ਬਿਲਕੁਲ 200% ਗਲਤ ਸੀ ਉਹ ਤੁਹਾਨੂੰ ਨਹੀਂ ਸੀ ਕਰਨਾ ਚਾਹੀਦਾ ਜੋ ਤੁਸੀਂ ਕੀਤਾ ਜੀ ਪਰ ਫਿਰ ਵੀ ਜੇ ਤੁਸੀਂ ਬਲੈਕਮੇਲਿੰਗ ਬਲੈਕਮੇਲ ਹੋ ਰਹੇ ਹੋ ਤੁਸੀਂ ਜੇ ਤੁਹਾਡਾ ਸਾਡਾ ਨੰਬਰ ਕਿਤੇ ਵੀ ਨੈੱਟ ਤੋਂ ਤੁਸੀਂ ਕੱਢ ਸਕਦੇ ਹੋ ਨਹੀਂ ਤੁਸੀਂ ਨੰਬਰ ਬੋਲ ਕੇ ਦੱਸ ਦਿਓ ਜੀ ਕੋਈ ਹਾਂ 97795 41448 97795 41448 ਹਾਂ ਸਾਡੇ ਨਾਲ ਤੁਸੀਂ ਕੰਟੈਕਟ ਕਰੋ ਅਸੀਂ ਤੁਹਾਡੀ ਸਪੋਰਟ ਕਰਾਂਗੇ ਅਤੇ ਅਸੀਂ ਉਹਨਾਂ 'ਤੇ ਪਰਚਾ ਦਰਜ ਕਰਾਵਾਂਗੇ ਜੀ ਪਰ ਮੈਨੂੰ ਐਂ ਦੱਸ ਦਿਓ ਮਾੜਾ ਜਿਹਾ ਚੱਲਣਾ ਪਾ ਲਓ ਤੁਹਾਡੇ ਦੱਸ ਬਈ ਹੁਣ ਤੱਕ ਤੁਹਾਡੇ ਕੋਲ ਇੱਕ ਅੱਧਾ ਕੇਸ ਕੋਈ ਆ ਗਿਆ ਨਹੀਂ ਅਜੇ ਤੱਕ ਆਇਆ ਨਹੀਂ ਆ ਸਾਨੂੰ ਪਤਾ ਲੱਗਾ ਆ ਸਕਦਾ ਗੱਲਾਂ ਚੱਲ ਰਹੀਆਂ ਹਾਂ ਮਤਲਬ ਸਾਨੂੰ ਪੱਕਾ ਪੰਜਾਬੀ 'ਚ ਕਹਿ ਲਈਏ ਖੁੰਡ ਚਰਚਾ ਹਾਂ ਪੱਕਾ ਸ਼ਿਓਰ ਹੋ ਗਿਆ ਵੀ ਆਹ ਕੁਛ ਹੈ ਜੀ ਹਾਂ ਇਹ ਕੁਛ ਹੈ ਜੀ ਪਹਿਲਾਂ ਤਾਂ ਜੋਤਸ਼ੀ ਇਹ ਜਾਣੀ ਜਿਹੜੇ ਤੁਸੀਂ ਉਹ ਅਖਬਾਰਾਂ ਜਾਂ ਮੀਡੀਆ ਨੂੰ ਕੀ ਕਹੋਗੇ ਜਿਹੜੇ ਮੀਡੀਆ ਵਾਲੇ ਇਹਨਾਂ ਨੂੰ ਫੇਮਸ ਕਰਦੇ ਅਕਸਰ ਉਹਨਾਂ ਦੇ ਵੀ ਮੈਨੂੰ ਲੱਗਦਾ ਵੀ 120 ਤਾਂ ਉਹਨਾਂ ਨੂੰ ਵੀ ਰੱਖਣਾ ਚਾਹੀਦਾ ਜਿਹੜੇ ਦੇਖੋ ਮਤਲਬ ਮੀਡੀਆ ਨੂੰ ਇਹਨਾਂ ਲੋਕਾਂ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਪੈਸਾ ਲੈ ਕੇ ਵੀ ਕਿਉਂਕਿ ਇਹਨਾਂ ਦੇ ਕਰਕੇ ਜਿੱਦਾਂ ਹੁਣ ਮੈਂ ਗੱਲ ਦੱਸੀ ਆ ਵੀ ਕਿ ਸਿਆਣੇ ਸਿਆਣੇ ਬਜ਼ੁਰਗ ਲੋਕ ਜਿਹੜੇ ਆ ਉਹ ਇਸ ਗੱਲ ਦੇ ਵਿੱਚ ਆ ਜਾਂਦੇ ਆ ਰਿਕਾਰਡਿੰਗਾਂ ਉਹਨਾਂ ਦੀਆਂ ਹੋ ਜਾਂਦੀਆਂ ਅਤੇ ਕਈ ਸੁਸਾਈਡ ਤੱਕ ਕਰ ਸਕਦਾ ਬੰਦਾ ਬਿਲਕੁਲ ਜਿੱਦਾਂ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ ਹੁੰਦੀਆਂ ਜੀ ਇਸ ਕਰਕੇ ਮੀਡੀਆ ਨੂੰ ਇਹਨਾਂ ਲੋਕਾਂ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਉਹਨਾਂ 'ਤੇ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਬਜ਼ੁਰਗ ਵੀ ਇਸ ਲਪੇਟ ਵਿੱਚ ਆ ਜਾਂਦੇ ਉਹ ਕੋਈ ਮਾੜੇ ਘਰ ਦਾ ਤਾਂ ਹੁੰਦਾ ਨਹੀਂ ਹੋਣਾ ਸਾਰੇ ਗਰ ਉਹ ਤਾਂ ਬਲੈਕਮੇਲ ਹੁੰਦੇ ਮਾੜੇ ਦੇ ਬਲੈਕਮੇਲ ਕਿੱਥੋਂ ਹੋਣਾ ਪਹਿਲਾਂ ਤਾਂ 10-20 ਹਜ਼ਾਰ ਉਹੀ ਦਊਗਾ ਜਿਹੜਾ ਪੇ ਕਰ ਸਕਦਾ ਇਹਨਾਂ ਨੂੰ ਪੜਦਾ ਜੋਸ਼ੀਆਂ ਨੂੰ ਜੀ ਜਾਂ ਮਤਲਬ ਤੰਤਰਿਕਾਂ ਨੂੰ
उस तो बाद फिर गां गां भी पे करूँगा। उन्होंने पता वो जिस तरह कहें भी डॉक्टर वेख लेंदा पफट भी ये मतलब स्टैथोस्कोप ना भी की है इदा ये टो लेंगे जो भी बंदा जरा भी इन्ना तो फीस लगनी है जोड़ा फीस इन्नी देता तो मतलब भी ये वध भी दे सकता जी। फिर आपके रूप बदल बदल के कोई किसी होर कहना मतलब रिकॉर्डिंग मतलब ये बहुत गलत हो रहा जी। होर की कहना चाहोगे पंडित बारे जो पंडित जिमें अपने जीरक साहब ने भी पहला दसते रहेंगे उन्होंने पढ़ता फोस करते रहेंगे वहम भरम का। देखो मैं एक लोगों मतलब अपने भोले भाल जो दर्शक है उन्होंने एक अपील ही करूँगा भी इन चीज़ों के कुछ नहीं है जी तो तुम इन्होंने चक्कर ना फसो। एक तुसी अपना एक तो की कहते अपनी मानसिक शांति लेंदे लेंदे तुसी सारी शांति अपने मानसिक जी गवा लेंदे हो जी क्योंकि जो ब्लैकमेलिंग शुरू हो जाती है तो फिर कितने रात नहीं नींद उठ जाती जेडे सुपने वेखे होंगे भी ये साढ़े सुपने पूरे होने जो तुसी ने कहा वो सुपने फिर चूर चूर हो जाते। हाँ 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 तो मतलब ये गलत है बहुत गलत भी नहीं होना चाहिए जी। जेकर तुहाडे कोल कोई आने वाले दिनों में ऐसा केस आता तो तुसीं साडे चैनल राबता कायम करोगे तो परचा दर्ज बिल्कुल तुहाडे नाल ही राबता कायम करके परचा दर्ज करावांगे। फिर जे साडे कोल केस 5-7-10 आ जाते हैं तो असीं मानयोग पंजाब एंड हरियाणा हाई कोर्ट के कानून नूं जिहड़ा ऑलरेडी कानून बनिया वा उहनूं इंप्लीमेंट करवाउण लई भी असीं जावांगे भी इहनूं इंप्लीमेंट करो जी। हाँ भी ये इन्हां ये एडवरटाइज ना दे सकण ते जे गलत काम करदे आ जिहड़ा किसी रिकॉर्डिंग करके उहनूं ब्लैकमेलिंग करदे परचा ते है ही है जी। कानून की निगाह ऐसे की देखा जाता जेकर कोई ब्लैकमेल करता हो कि संगीन धारा जी उन्होंने लगती है जिससे भी आरोपी बाहर ना आ सके। देखो आरोपी तो हूँ कतल केसा चो भी बाहर आ जाते हैं वो तो आप कह नहीं सकते पर यह है भी जो एक बार ब्लैकमेलिंग का केस से परचा दर्ज होजू तो मतलब मीडिया के आजू तो लोग नहीं आने गए जी। हाँ बस इन्नी है इन्हों के अड्डे बंद हो जाएंगे अड्डे। हाँ अड्डे बंद हो जाएंगे इन्होंने जी लोग नहीं आने फिर अड्डे बंद है नैचुरल जी। तुहानू नहीं लगता जी अखबारों से इश्तहारबाजी करके कई बीबिया भी पढ़िया लिखिया बी माइया भी जो जंगल में फस जाए। मैं तो कहा भी पढ़े लिखे जोड़े लोग है वो फसते हैं जी। हाँ चंगे भले सियाने बयाने पढ़े लिखे लोग फस जाते इन्होंने वो मुड़ के फिर जो ब्लैकमेलिंग होंगी फिर देखते कि जी की कहना चाहोगे होर जे जे नौजवान जो सा चैनल में पंजाबी लोग वेख रहे जे अज भी वहमां भरमां में फसे हुए। हाँ देखो इन चीज़ों तो मैं पहला कहना भी इन चीज़ों तो बचना चाहिए कोई तंत्र कोई जोशी थोड़ा कुछ नहीं कर सकता जी। कोई कुछ नहीं कर सकता तुसी अपना मानसिक संतुलन जड़ा उन्नू कायम रखो तो सही काम करो। यूसुफ जेकर देखा जाए तो मैं धारीवाल साहब जेकर देखा जाए तो मैं गल याद आ गई भी हरेक ज्योतिषी अं कहना तुहाडे कर्मां दे विच कनेडा लिखा होया तुहाडे कर्मां दे विच अमरीका जाना लिखा जे वो इन्ने हुण तां आप क्यों नहीं जाते। देखो देखो यही समझण दी गल है ना जिहड़ा बंदा समझ गया भी जे इन्ने मतलब करन वाले ने साडे कर्म जानते ने इन्हां नूं अपने कर्मां दा पता नहीं जी क्योंकि आप देखा भी किराए पर दुकान लेके बैठे होंगे जेकर उन्होंने इन्ने पता हो भी असं आह कुछ दुनिया लिए कर सकते हैं ज दुनिया लिए आह कुछ कर सकते तो अपने लिए वधिया मकान लेके यही समझण की लड़ है जे आप यही समझिए भी आ चैनल से अखबारों के उत्ते एने ऐड देंगे एने पैसा खर्चते हैं पैसा भी लोगों का पैसा आ जी तो वह पैसे तो कई गुणा ये लोगों तो गिराते हैं इस तरीके गलत तरीके जी। जेकर तुसीं भी ब्लैकमेल होने तो बचना चाहते हो जां तंत्रां कोले जाके वसीकरण जां किसी कोई गलत तरीके नाल अपना उपा करवाना चाहते हो तो बचो क्योंकि बाद दे विच वसीकरण तो बाद जो तुसीं उन्हां दे चक्करां विच फस जाओगे पंडतां जां ज्योतिषियां दे चक्करां विच तंत्रिक विद्या दे चक्करां विच फस जाओगे बाद दे विच आने वाले समय में कुछ दिनों दे विच तुसीं ब्लैकमेल होवोगे क्योंकि तुसीं अपने दिमाग की टेंशन लाने लई पंडित कोले जाने हो जां ज्योतिषी कोले जाने आ पर कुछ टाइम लिए टेंशन लैगी बाद दे विच तुहाडे ते डबल टेंशन पै जानी क्योंकि जदों उन्होंने अपने अपने जिहड़े रखे हुए भेड़िए तुहाडे कोले भेजणगे भी साडे कोले आ रिकॉर्डिंग आई जिहदे विच तुसीं वसीकरण कराना चाहुंदे सी बाद दे विच तुसीं लगातार पूरी लाइफ दे विच ब्लैकमेल होवोगे।